ਜੀ ਪ੍ਰਵੀਨ ਜੀ ਅੱਜ ਦੀਆਂ ਖ਼ਬਰਾਂ ਵੱਲ ਚਲੀਏ ਤੇ ਇੱਕ ਬਹੁਤ ਹੀ ਦੁਖਦਾਈ ਖ਼ਬਰ ਪੰਜਾਬੀ ਕਮਿਊਨਿਟੀ ਲਈ ਆ ਰਹੀ ਆ। ਆ ਯੂਨੀਅਨ ਸਿਟੀ ਦੇ ਤਿੰਨ ਜਾਣੇ ਜਿਨ੍ਹਾਂ ਦੇ ਵਿੱਚ ਯੂਨੀਅਨ ਸਿਟੀ ਕੈਲੀਫੋਰਨੀਆ ਤੋਂ ਜਿਨ੍ਹਾਂ ਦੇ ਵਿੱਚ ਇੱਕ 55 ਸਾਲਾਂ ਦੀ ਆ ਬੀਬੀ ਜਿਸ ਦਾ ਨਾਮ ਪ੍ਰੀਤਜੀਤ ਕੌਰ ਉਹਨਾਂ ਦੇ ਮਦਰ ਬਲਜੀਤ ਕੌਰ ਬਲਵੀਰ ਕੌਰ ਤੇ ਉਹਨਾਂ ਦੇ ਸਹੁਰਾ ਸਾਹਿਬ ਅਜੀਤ ਸਿੰਘ ਰਾਣਾ ਇਹ ਪਿੰਡ ਰੁੜਕਾ ਕਲਾਂ ਨੂੰ ਬਿਲੋਂਗ ਕਰਦੇ ਹੈਗੇ ਆ ਕੱਲ ਫਰिजਨੋ ਦੇ ਵਿੱਚ ਇੱਕ ਫਿਊਨਲ ਅਟੈਂਡ ਕਰਨ ਗਏ ਸੀ ਜਦੋਂ ਇੱਕ ਸਟਾਪ ਸਾਈਨ ਦੇ ਉੱਤੇ ਇਹਨਾਂ ਦੀ ਕਾਰ ਖੜੀ ਸੀ ਤੇ ਪ੍ਰੀਤਜੀਤ ਕੌਰ ਕਾਰ ਚਲਾ ਰਿਆ ਸੀ ਸਟਾਪ ਸਾਈਨ ਤੇ ਇਹਨਾਂ ਦੀ ਕਾਰ ਖੜੀ ਸੀ ਜਦੋਂ ਇੱਕ ਫਲੈਟ ਬੈਟ ਟਰੱਕ ਦੂਸਰੇ ਸਾਈਡ ਤੋਂ ਆਇਆ ਸਟਾਪ ਸਾਈਨ ਤੇ ਉਸਨੇ ਖੜਨਾ ਸੀ ਉਹ ਖੜਿਆ ਨਹੀਂ ਤੇ ਸਿੱਧੀ ਆ ਕੇ ਉਸਨੇ ਜਿਹੜੀ ਆਕਾਰ ਉਹ ਇਹਨਾਂ ਦੇ ਵਿੱਚ ਮਾਰ ਦਿੱਤੀ ਸੋ ਤਿੰਨਾਂ ਜਾਣਿਆਂ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਸੀਡਰ ਤੇ ਫਲੋਰਲ ਐਵੇਨਿਊ ਤੇ ਸਾਊਥ ਸੈਨ ਫਰਾਂਸਿਸਕੋ ਦੇ ਵਿੱਚ ਇਹ ਐਕਸੀਡੈਂਟ ਹੋਇਆ 1:50 ਮਿੰਟ ਤੇ ਕੱਲ ਸ਼ਾਮ ਨੂੰ ਸੋ ਇਹ ਤਿੰਨੇ ਜਾਨੇ ਯੂਨੀਅਨ ਸਿਟੀ ਕੈਲੀਫੋਰਨੀਆ ਚ ਬਹੁਤ ਲੰਮੇ ਸਮੇਂ ਤੋਂ ਰਹਿ ਰਹੇ ਸੀ ਸੋ ਬਹੁਤ ਹੀ ਦੁਖਦਾਈ ਘਟਨਾ ਜਿਹੜੀ ਆ ਪੰਜਾਬੀ ਕਮਿਊਨਿਟੀ ਲਈ ਵਾਪਰੀ ਹੈਗੀ ਆ ਬਹੁਤ ਹੀ ਦੁਖਦਾਈ ਖਬਰ ਪੰਜਾਬੀ ਕਮਿਊਨਿਟੀ ਲਈ ਆ ਰਹੀ ਆ ਯੂਨੀਅਨ ਸਿਟੀ ਦੇ ਤਿੰਨ ਜਾਨੇ ਜਿਨ੍ਹਾਂ ਦੇ ਵਿੱਚ ਯੂਨੀਅਨ ਸਿਟੀ ਕੈਲੀਫੋਰਨੀਆ ਤੋਂ ਜਿਨ੍ਹਾਂ ਦੇ ਵਿੱਚ ਇੱਕ 55 ਸਾਲਾਂ ਦੀ ਬੀਬੀ ਜਿਸ ਦਾ ਨਾਮ रीतजीत कौर ਉਹਨਾਂ ਦੇ ਮਦਰ ਬਲਜੀਤ कौर ਬਲਵੀਰ कौर ਤੇ ਉਹਨਾਂ ਦੇ ਸਹੁਰਾ ਸਾਹਿਬ ਅਜੀਤ ਸਿੰਘ ਰਾਣਾ ਇਹ ਪਿੰਡ ਰੁੜਕਾ ਕਲਾਂ ਨੂੰ ਬਿਲੋਂਗ ਕਰਦੇ ਹੈਗੇ ਆ ਕੱਲ ਫ੍ਰਿਜਨੋ ਦੇ ਵਿੱਚ ਇੱਕ ਫਿਊਨਲ ਅਟੈਂਡ ਕਰਨ ਗਏ ਸੀ ਜਦੋਂ ਇੱਕ ਸਟਾਪ ਸਾਈਨ ਦੇ ਉੱਤੇ ਇਹਨਾਂ ਦੀ ਕਾਰ ਖੜੀ ਸੀ ਤੇ ਪ੍ਰੀਤਜੀਤ ਕੌਰ ਕਾਰ ਚਲਾ ਰਿਆ ਸੀ ਸਟਾਪ ਸਾਈਨ ਤੇ ਇਹਨਾਂ ਦੀ ਕਾਰ ਖੜੀ ਸੀ ਜਦੋਂ ਇੱਕ ਫਲੈਟ ਬੈਟ ਟਰੱਕ ਦੂਸਰੇ ਸਾਈਡ ਤੋਂ ਆਇਆ ਸਟਾਪ ਸਾਈਨ ਤੇ ਉਸਨੇ ਖੜਨਾ ਸੀ ਉਹ ਖੜਿਆ ਨਹੀਂ ਤੇ ਸਿੱਧੀ ਆ ਕੇ ਉਸਨੇ ਜਿਹੜੀ ਆ ਕਾਰ ਉਹ ਇਹਨਾਂ ਦੇ ਵਿੱਚ ਮਾਰ ਦਿੱਤੀ ਸੋ ਤਿੰਨਾਂ ਜਣਿਆਂ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਸੀਡਰ ਤੇ ਫਲੋਰਲ ਐਵੇਨਿਊ ਤੇ ਸਾਊਥ ਸੈਨ ਫਰਾਂਸਿਸਕੋ ਦੇ ਵਿੱਚ ਇਹ ਐਕਸੀਡੈਂਟ ਹੋਇਆ 1:50 ਮਿੰਟ ਤੇ ਕੱਲ ਸ਼ਾਮ ਨੂੰ ਸੋ ਇਹ ਤਿੰਨੇ ਜਾਣੇ ਯੂਨੀਵਰਸਿਟੀ ਕੈਲੀਫੋਰਨੀਆ ਚ ਬਹੁਤ ਲੰਬੇ ਸਮੇਂ ਤੋਂ ਰਹਿ ਰਹੇ ਸੀ ਸੋ ਬਹੁਤ ਹੀ ਦੁਖਦਾਈ ਘਟਨਾ ਜਿਹੜੀ ਆ ਪੰਜਾਬੀ ਕਮਿਊਨਿਟੀ ਲਈ ਵਾਪਰੀ ਹੈਗੇ